ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਹੁਣ ਸਿੱਧੂ ਤੇ ਮਿਹਰਬਾਨ ਹੁੰਦੇ ਨਜ਼ਰ ਆ ਰਹੇ ਨੇ, ਜਿਸ ਦੀ ਉਦਾਹਰਨ ਸਿੱਧੂ ਨੂੰ ਪਾਕਿਸਤਾਨੀ ਵੀਜ਼ਾ ਮਿਲਣ ਤੇ ਮਿਲੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੇ ਜਾਣ ਲਈ ਅੰਬੈਸੀ ਨੇ ਵੀਜ਼ਾ ਦੇ ਦਿੱਤਾ ਹੈ। ਦੱਸ ਦਈਏ ਕਿ ਬੀਤੀ ਸੋਮਵਾਰ ਨੂੰ ਸਿੱਧੂ ਪਾਕਿਸਤਾਨੀ ਅੰਬੈਸੀ ਵਿੱਚ ਵੀਜ਼ੇ ਲਈ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ 2 ਹਫ਼ਤੇ ਦਾ ਵੀਜ਼ਾ ਮਿਲ ਗਿਆ ਹੈ। ਵੀਜ਼ਾ ਮਿਲਣ ਤੋਂ ਬਾਅਦ ਲਗਭਗ ਤੈਅ ਹੈ 17 ਅਗਸਤ ਨੂੰ ਸਿੱਧੂ ਪਾਕਿਸਤਾਨ ਵੱਲ ਕੂਚ ਕਰਨਗੇ। ਦੱਸ ਦਈਏ ਕਿ ਇਸਲਾਮਾਬਾਦ 'ਚ ਹੋਣ ਵਾਲੇ ਇਮਰਾਨ ਦੇ ਸਹੁੰ ਚੁੱਕ ਸਮਾਗਮ ਲਈ 4 ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅਮੀਰ ਖਾਨ ਨੇ ਪਹਿਲਾਂ ਹੀ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਕ੍ਰਿਕਟਰ ਸੁਨੀਲ ਗਵਾਸਕਰ ਵੱਲੋਂ ਇੰਗਲੈਂਡ 'ਚ ਚੱਲ ਰਹੀ ਸੀਰੀਜ਼ 'ਚ ਕਮੈਂਟਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹਨਾਂ ਵੱਲੋਂ ਵੀ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਤੀਜੇ ਕਪਿਲ ਦੇਵ ਨੇ ਵੀ ਆਪਣੇ ਨਿੱਜੀ ਕਾਰਨਾਂ ਕਰਕੇ ਉੱਥੇ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਬਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਦੇ ਸਮਾਗਮ ਤੇ ਜਾਣ ਲਈ ਵੀਜ਼ੇ ਲਈ ਹਾਮੀ ਭਰੀ ਸੀ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਿੱਧੂ ਦੀ ਹਮਾਇਤ ਕਰਦਿਆਂ ਪਾਕਿਸਤਾਨ ਜਾਣ ਦੀ ਪੱਤਰਕਾਰ ਸੰਮੇਲਨ 'ਚ ਗੱਲ ਕਹੀ ਸੀ। ਸਿੱਧੂ ਸਾਹਿਬ ਪਾਕਿਸਤਾਨ ਜਾ ਰਹੇ ਹਨ, ਅਨਨੈਸੈਸਰੀ ਥਿੰਗਸ ਟੂ ਮੇਕ। ਉਹ ਸਾਥੀ ਥੇ ਇਮਰਾਨ ਖਾਨ ਕੇ, ਹਮਾਰੇ ਕਪਿਲ ਦੇਵ ਜੀ ਔਰ ਸਿੱਧੂ ਸਾਹਿਬ ਇਕੱਠੇ ਖੇਲੇ ਹੈ, ਉਹਨਾਂ ਨੇ ਸ਼ੋਨ ਅ ਗੁੱਡਵਿਲ ਜੈਸਚਰ। ਵਾਈ ਡੂ ਮੇਕ ਫੂਲਿਸ਼ ਸਟੇਟਮੈਂਟ? ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀ 18 ਅਗਸਤ ਨੂੰ ਇਮਰਾਨ ਖਾਨ ਇਸਲਾਮਾਬਾਦ 'ਚ ਸਹੁੰ ਚੁੱਕਣਗੇ, ਜਿਸ 'ਚ ਸ਼ਾਮਲ ਹੋਣ ਲਈ ਉਹਨਾਂ ਵੱਲੋਂ ਦੁਨੀਆ ਭਰ ਵਿੱਚੋਂ 100 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚੋਂ 4 ਭਾਰਤੀ ਸਨ। ਬਿਊਰੋ ਰਿਪੋਰਟ, ਗਲੋਬਲ ਪੰਜਾਬ, TV।